ਸਾਡੇ ਨਾਲ ਨਰਿੰਦਰ ਕੌਰ ਪ੍ਰਾਜ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਜ ਤੁਹਾਡੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੈਪਟਨ ਸਰਕਾਰ ਦੇ ਖਿਲਾਫ ਬਿਜਲੀ ਦੇ ਮੁੱਦੇ ਤੇ ਪੰਜਾਬ ਦੇ ਵਿੱਚ ਲਗਾਤਾਰ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਤੁਹਾਨੂੰ ਲੱਗਦਾ ਕਿ ਅੱਜ ਤੁਹਾਡੇ ਇਸ ਮਾਰਚ ਦੇ ਨਾਲ ਜਾਂ ਪ੍ਰੋਟੈਸਟ ਦੇ ਨਾਲ ਕੈਪਟਨ ਸਾਹਿਬ ਨੂੰ ਕੋਈ ਫਰਕ ਪੈ ਜਾਊ ਦੇਖੋ ਕੈਪਟਨ ਅਮਰਿੰਦਰ ਸਿੰਘ ਤੇ ਜੇ ਫਰਕ ਪੈਣਾ ਹੁੰਦਾ ਤਾਂ ਉਹ ਲੋਕ ਜਿਸ ਤਰੀਕੇ ਦੇ ਨਾਲ ਤਾਂ ਹਾਂ ਮਾਰ ਰਹੇ ਨੇ ਬਿਜਲੀ ਦੇ ਲਗਾਤਾਰ ਕੱਟ ਲੱਗ ਰਹੇ ਨੇ ਜਾਂ ਜਿਹੜੇ ਕਿਸਾਨ ਅੱਜ ਮਜਬੂਰ ਹੋ ਕੇ ਆਪਣੀਆਂ ਜਿਹੜੀਆਂ ਝੋਨਾ ਇੰਨੇ ਮਹਿੰਗੇ ਰੇਟ ਦੇ ਵਿੱਚ ਲਗਵਾ ਕੇ ਅੱਜ ਉਹ ਜ਼ਮੀਨਾਂ ਵਾਹਣ ਦੇ ਵਿੱਚ ਜਿਹੜਾ ਮਜਬੂਰ ਹੋ ਚੁੱਕੇ ਨੇ ਤਾਂ ਉਹਨਾਂ ਦੇ ਅਸੀਂ ਆਪਣਾ ਜਿਹੜਾ ਫਰਜ਼ ਹੈ ਅਸੀਂ ਲੋਕਾਂ ਦੀ ਆਵਾਜ਼ ਲੈ ਕੇ ਇੱਥੇ ਪਹੁੰਚੇ ਹਾਂ ਆਪਣਾ ਵਿਰੋਧੀ ਧਿਰ ਦਾ ਜਿਹੜਾ ਫਰਜ਼ ਲੈ ਕੇ ਆਏ ਹਾਂ ਨਹੀਂ ਅਸਰ ਹੋਊਗਾ ਤਾਂ 4 ਮਹੀਨਿਆਂ ਨੂੰ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਜਾਣਾ ਤਾਂ ਲੋਕ ਇਹਨਾਂ ਨੂੰ ਆਪ ਦੱਸ ਦੇਣਗੇ ਪਿੰਡਾਂ ਦੇ ਵਿੱਚੋਂ ਤੁਸੀਂ ਆਉਂਦੇ ਹੋ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਜਾਂ ਬਿਜਲੀ ਦੇ ਕੱਟਾਂ ਲੈ ਕੇ ਪਿੰਡਾਂ ਦੇ ਲੋਕਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਤੇ ਖੇਤਾਂ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਆ ਬਿਲਕੁਲ ਜਿਹੜੇ ਖੇਤਾਂ ਦਾ ਜਿਹੜਾ ਪਿੰਡਾਂ ਦਾ ਜਿਹੜਾ ਮਾਹੌਲ ਬਣਿਆ ਹੋਇਆ ਜਿਹੜੀਆਂ ਜ਼ਮੀਨਾਂ ਨੇ ਬਿਲਕੁਲ ਤੱਪੜ ਜਿਹੜਾ ਰਾਜਸਥਾਨ ਜਿਹੜਾ ਬਣਿਆ ਪਿਆ ਇੱਥੇ ਪੂਰੇ ਪੰਜਾਬ ਦੇ ਵਿੱਚ ਜਿਹੜੇ 8 ਘੰਟੇ ਜਿਹੜੀ ਬਿਜਲੀ ਕਹਿ ਕੇ 3-3 ਘੰਟੇ ਜਿਹੜੀ ਬਿਜਲੀ ਦੇ ਰਹੇ ਨੇ ਸੋ ਕਿਸਾਨ ਆ ਜਿਹੜਾ ਉਹ ਕਿੱਧਰ ਨੂੰ ਜਾਵੇ ਅੱਜ 100 ਰੁਪਏ ਜਿਹੜਾ ਡੀਜ਼ਲ ਹੋ ਚੁੱਕਿਆ 100 ਰੁਪਏ ਪੈਟਰੋਲ ਹੋ ਚੁੱਕਿਆ ਤਾਂ ਉਹ 100 ਰੁਪਏ ਡੀਜ਼ਲ ਨੂੰ ਕਿਵੇਂ ਫੂਕੇ ਉਹ ਜਿਹੜੇ ਜਨਰੇਟਰ ਵਗੈਰਾ ਚਲਾ ਕੇ ਕਿਵੇਂ ਪਾਣੀ ਦੇਣਗੇ ਸੋ ਇਹ ਜਿਹੜਾ ਕੈਪਟਨ ਅਮਰਿੰਦਰ ਆ ਇਹ ਸਾਰੀ ਕੇਂਦਰ ਦੀ ਚਾਲ ਦੇ ਉੱਪਰ ਚੱਲ ਰਿਹਾ ਇਹਨਾਂ ਨੇ ਪਹਿਲਾਂ ਇਸ ਵਾਰ ਮੰਡੀਆਂ ਦੇ ਵਿੱਚ ਫਸਲਾਂ ਰੋਲੀਆਂ ਨੇ ਕਿਸਾਨ ਰੋਲੇ ਨੇ ਹੁਣ ਇਹਨਾਂ ਨੇ ਜਦੋਂ ਝੋਨੇ ਦੀ ਵਾਰੀ ਆਈ ਹੈ ਤਾਂ ਇਹਨਾਂ ਨੇ ਨਾਲ ਦੀ ਨਾਲ ਜਿਹੜਾ ਬਿਜਲੀ ਦੇ ਵੱਡੇ ਕੱਟ ਜਿਹੜੇ ਲਾ ਰਹੇ ਨੇ ਸੋ ਇਹਨਾਂ ਚੀਜ਼ਾਂ ਦਾ ਖਮਿਆਜਾ ਇਹਨਾਂ ਨੂੰ ਆਉਣ ਵਾਲੇ ਟਾਈਮ 'ਚ ਭੁਗਤਣਾ ਪਊ ਅਕਾਲੀ ਦਲ ਦੇ ਵੱਡੇ ਲੀਡਰ ਸੁਖਬੀਰ ਬਾਦਲ ਹਰਸਿਮਰਤ ਬਾਦਲ ਖੇਤਾਂ ਦੇ ਵਿੱਚ ਖੜ ਕੇ ਝੋਨੇ ਦੀ ਹਾਲਤ ਦਿਖਾ ਰਹੇ ਕਿ ਸੁੱਕਿਆ ਪਿਆ ਉਹਨਾਂ ਬਾਰੇ ਕੀ ਉਹ ਜਿਹੜੇ ਇਹਦਾ ਇਸ ਚੀਜ਼ ਦਾ ਜਿਹੜਾ ਬੀਜ ਬੀਜਣਾ ਉਹ ਅਕਾਲੀ ਦਲ ਹੈ 25 ਸਾਲ ਦੇ ਜਿਹੜੇ ਸਮਝੌਤੇ ਕੀਤੇ ਨੇ ਕਿਹਨੇ ਕੀਤੇ ਸੀਗੇ ਉਹ ਅਕਾਲੀ ਦਲ ਨੇ ਕੀਤੇ ਸੀ ਸੋ ਇਹ ਬੜੇ ਜਿਹੜੇ ਗੰਦੇ ਲੋਕ ਨੇ ਜਿਹੜੇ ਸਿਸਟਮ ਜਿਨ੍ਹਾਂ ਨੇ ਅੱਜ ਸਿਸਟਮ ਇਹਨਾਂ ਦੀ ਦੇਣ ਹੈ ਕਿ ਅੱਜ ਪੰਜਾਬ ਦੇ ਲੋਕ ਨੇ ਜਿਹੜੀ ਬਿਜਲੀ ਦੀ ਜਿਹੜੀ ਮੰਦਹਾਲੀ ਇਹਦੇ ਵਿੱਚ ਜਿਹੜਾ ਉਹ ਕੱਲ ਪੱਖੀਆਂ ਵੀ ਬਣ ਰਹੇ ਸੀ ਲੋਕਾਂ ਦੇ ਉਹ ਸਾਰਾ ਡਰਾਮਾ ਕਰਨ ਤੇ ਲੱਗੇ ਹੋਏ ਨੇ ਅਕਾਲੀ ਦਲ ਨੂੰ ਪਤਾ ਵੀ ਸਾਡਾ ਕੋਈ ਆਧਾਰ ਹੈ ਨਹੀਂ ਪਿੰਡਾਂ ਦੇ ਵਿੱਚ ਵੜ ਨਹੀਂ ਸਕਦੇ ਸੋ ਡਰਾਮਾ ਕਰਨ ਦੇ ਵਿੱਚ ਲੱਗੇ ਹੋਏ ਨੇ ਬਹੁਤ ਬਹੁਤ ਧੰਨਵਾਦ ਇਹ ਸਨ ਨਰਿੰਦਰ ਕੌਰ ਭਰਾਜ ਜਿਨ੍ਹਾਂ ਨੇ ਕੈਪਟਨ ਸਰਕਾਰ ਤੇ ਅਤੇ ਬਾਦਲਾਂ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਬਾਕੀ ਅੱਗੇ ਕੀ ਹੁੰਦਾ ਉਹ ਵੀ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ